ਕੋਰੋਨਾ ਵਾਇਰਸ ਸੰਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਗਏ ਬਿਆਨ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਵੀ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਕੀਤਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕੋਰੋਨਾ ਵਾਇਰਸ ਦਾ ਕਹਿ ਕੇ ਸਮਾਰਟਫੋਨ ਦੇਣ ਵਿੱਚ ਦੇਰੀ ਦੀ ਗੱਲ ਕਹਿ ਰਹੇ ਹਨ, ਜਦਕਿ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਕੋਈ ਚੱਜ ਦਾ ਬਹਾਨਾ ਲਾਉਣ। ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ 'ਚ ਕਿਹਾ ਸੀਗਾ ਕਿ ਜਿਹੜੇ ਨੌਜਵਾਨ ਨੂੰ ਸਮਾਰਟਫੋਨ ਦੇਣੇ ਨੇ ਉਹ ਕਿਉਂਕਿ ਚਾਈਨਾ ਦੇ ਵਿੱਚ ਕੋਰੋਨਾ ਵਾਇਰਸ ਆ ਗਿਆ ਇਸ ਕਰਕੇ ਡਿਲੇ ਹੋ ਰਹੇ ਨੇ। ਸੋ ਫਿਰ ਜਦੋਂ ਕੱਲ੍ਹ ਮੈਂ ਵਿਧਾਨ ਸਭਾ ਦੇ ਵਿੱਚੋਂ ਨਿਕਲ ਰਿਹਾ ਸੀਗਾ, ਮੈਨੂੰ ਕੁਝ ਕਾਂਗਰਸ ਦੇ ਦੋ ਤਿੰਨ ਮਿਨਿਸਟਰ ਔਰ MLA ਮਿਲੇ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਯਾਰ CM ਸਾਹਿਬ ਨੂੰ ਸਮਝਾਓ ਕਿ ਕੋਈ ਚੱਜ ਦਾ ਬਹਾਨਾ ਤਾਂ ਲਾ ਲਿਆ ਕਰਨੇ, ਕੋਈ ਬਹਾਨਾ। ਉਹ ਕਹਿੰਦੇ ਅਮਨ ਜੀ ਤੁਸੀਂ ਸਮਝੇ ਨਹੀਂ ਹੈਗੇ, ਚਾਹੇ ਚਾਈਨਾ ਦੇ ਵਿੱਚ ਕੋਰੋਨਾ ਵਾਇਰਸ ਮਹੀਨੇ ਦਾ ਆਇਆ ਹੋਇਆ, ਪਰ ਸਾਡੀ ਸਰਕਾਰ ਕਾਂਗਰਸ ਸਰਕਾਰ ਦੇ ਵਿੱਚ ਤਾਂ ਕਰੋ ਨਾ ਵੀ ਕਿਸੇ ਦਾ ਕੰਮ ਕੋਈ ਨਾ ਕਰੋ, ਉਹ ਵਾਇਰਸ ਹੈ ਜਿਹੜਾ ਪਿਛਲੇ 3 ਸਾਲ ਤੋਂ ਆਇਆ ਹੋਇਆ। ਇਸ ਕਰਕੇ ਜੋ CM ਸਾਹਿਬ ਨੇ ਕਿਹਾ ਉਹ ਸਹੀ ਕਿਹਾ। ਸੋ ਫਿਰ ਮੈਨੂੰ ਫਿਕਰ ਹੋਈ, ਮੈਂ ਕਿਹਾ ਜੇ ਕਿਤੇ ਵਾਇਰਸ ਸਾਨੂੰ ਵੀ ਨਾ ਚਿੰਬੜ ਜੇ। ਇਸ ਕਰਕੇ ਆਪਦੇ ਆਪ ਨੂੰ ਅਤੇ ਲੋਕ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੇ ਮੁੱਦਿਆਂ ਨੂੰ ਬਚਾਉਣ ਦੇ ਲਈ ਮੈਂ ਇਹ ਆਪ ਵੀ ਮਾਸਕ ਪਾਏ ਨੇ ਔਰ ਆਪਦੇ ਸਾਥੀਆਂ ਨੂੰ ਪਹਿਨਾ ਹੈ, ਤਾਂ ਕਿ ਕਿਉਂਕਿ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਓਰ। ਸੋ ਇਸ ਕਰਕੇ ਅਸੀਂ ਅੱਜ ਮਾਸਕ ਪਹਿਨ ਕੇ ਪ੍ਰੋਟੈਸਟ ਕਰਨ ਜਾ ਰਹੇ ਹਾਂ। ਅੱਜ ਹੋਰ ਕਿਹੜੇ ਕਿਹੜੇ ਮੁੱਦੇ ਚੱਕੋਗੇ? ਇਸ ਤੋਂ ਇਲਾਵਾ ਤੁਹਾਡਾ ਅਵਾਰਾ ਪਸ਼ੂ ਨੂੰ ਲੈ ਕੇ, ਅਵਾਰਾ ਪਸ਼ੂਆਂ ਦਾ ਵੀ ਇਸ਼ੂ ਹੈ ਜੀ ਸਾਡਾ, ਜਿਹੜੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਹੋ ਰਹੀਆਂ ਨੇ, ਕੈਪਟਨ ਅਮਰਿੰਦਰ ਸਿੰਘ ਆਪਦੇ ਕਰਜ਼ਾ ਮਾਫੀ ਦੇ ਵਾਅਦੇ ਤੋਂ ਮੁੱਕਰ ਗਏ ਜਿਹੜੇ ਖੇਤ ਮਜ਼ਦੂਰ ਨੇ, ਇਹ ਸਾਰੇ ਇਸ਼ੂਜ਼ ਨੇ ਜਿਹੜੇ ਅੱਜ ਅਸੀਂ ਰੇਜ਼ ਕਰਨੇ ਨੇ ਜੀ। ਇਸ ਮੌਕੇ ਆਪ ਵਿਧਾਇਕਾ ਬਲਜਿੰਦਰ ਕੌਰ ਨੇ ਕਿਹਾ ਕਿ ਜੋ ਕੋਰੋਨਾ ਵਾਇਰਸ ਕੱਲ੍ਹ ਸਦਨ ਵਿੱਚ ਆਇਆ ਹੈ ਅਤੇ ਜੋ ਕੋਰੋਨਾ ਵਾਇਰਸ ਪਿਛਲੇ 3 ਸਾਲਾਂ ਤੋਂ ਸਰਕਾਰ ਵਿੱਚ ਆਇਆ ਹੋਇਆ ਹੈ, ਉਸ ਤੋਂ ਬਚਣ ਲਈ ਅਤੇ ਲੋਕ ਮੁੱਦਿਆਂ ਨੂੰ ਬਚਾਉਣ ਲਈ ਉਹ ਮਾਸਕ ਪਹਿਨ ਕੇ ਪ੍ਰਦਰਸ਼ਨ ਕਰ ਰਹੇ ਹਨ। ਦੇਖੋ ਅੱਜ ਅਸੀਂ ਮਾਸਕ ਲੈ ਕੇ ਇੱਥੇ ਸਾਰੀ ਆਮ ਆਦਮੀ ਪਾਰਟੀ ਓਪੋਜੀਸ਼ਨ 'ਚ ਇੱਥੇ ਖੜ੍ਹੇ ਹਾਂ। ਪ੍ਰੋਟੈਸਟ ਇੱਕ ਸਿੰਬੋਲਿਕ ਪ੍ਰੋਟੈਸਟ ਆ, ਕਿਉਂਕਿ ਕੱਲ੍ਹ ਸਰਕਾਰ ਨੇ ਇੱਕ ਵੱਡਾ ਐਕਸਕਿਊਜ਼ ਦਿੱਤਾ ਕਿ ਅਸੀਂ ਕੋਰੋਨਾ ਵਾਇਰਸ ਕਰਕੇ ਜਿਹੜੀਆਂ ਨੇ ਉਹ ਪੰਜਾਬ ਦੇ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰ ਰਹੇ, ਭਾਵੇਂ ਉਹ ਮੋਬਾਈਲ ਫੋਨਸ ਨੂੰ ਲੈ ਕੇ ਅਤੇ ਭਾਵੇਂ ਬਾਕੀ ਸਾਰੇ ਕੰਮਾਂ ਦੇ ਆ। ਸੋ ਓਪੋਜੀਸ਼ਨ 'ਚ ਹੁੰਦਿਆਂ ਹੋਇਆਂ ਕਮ ਸੇ ਕਮ ਅਸੀਂ ਇਸ ਗੱਲ ਨੂੰ ਸੰਭਾਲੀਏ ਕਿ ਜੇ ਸਰਕਾਰ ਆਪਣੇ ਵਾਅਦੇ ਪੂਰੇ ਨਹੀਂ ਕਰ ਰਹੀ, ਬਟ ਆਮ ਆਦਮੀ ਪਾਰਟੀ ਓਪੋਜੀਸ਼ਨ 'ਚ ਹੁੰਦਿਆਂ ਹੋਇਆਂ ਸਾਰੇ ਮੁੱਦਿਆਂ ਨੂੰ ਹਾਊਸ 'ਚ ਰੱਖਣਾ ਚਾਹੁੰਦੀ ਹੈ। ਇਸ ਕਰਕੇ ਕਿ ਜਿਹੜਾ ਵਾਇਰਸ ਕੱਲ੍ਹ ਹਾਊਸ ਦੇ ਵਿੱਚ ਆ ਗਿਆ, ਜਿਹੜਾ ਵਾਇਰਸ ਪਿਛਲੇ 3 ਸਾਲਾਂ ਤੋਂ ਸਰਕਾਰ ਦੇ ਵਿੱਚ ਆਇਆ ਹੋਇਆ ਆ ਕੋਰੋਨਾ ਵਾਇਰਸ, ਉਸ ਵਾਇਰਸ ਤੋਂ ਬਚਣ ਦੇ ਵਾਸਤੇ ਤਾਂ ਕਿ ਅਸੀਂ ਲੋਕਾਂ ਦੀ ਆਵਾਜ਼ ਨੂੰ ਲਗਾਤਾਰ ਉਠਾਉਂਦੇ ਰਹੀਏ, ਬੈਟਰ ਆ ਕਿ ਅਸੀਂ ਪਹਿਲਾਂ ਹੀ ਇਸ ਤੋਂ ਪਹਿਲਾਂ ਕਿ ਬਿਮਾਰ ਹੋਈਏ, ਕੋਰੋਨਾ ਵਾਇਰਸ ਤੋਂ ਸਫ਼ਰ ਹੋਈਏ, ਸਾਰੇ ਮਾਸਕ ਪਾ ਕੇ ਅੱਜ ਇੱਕ ਸਿੰਬੋਲਿਕ ਪ੍ਰੋਟੈਸਟ ਦੇ ਤੌਰ 'ਤੇ ਇੱਥੇ ਖੜ੍ਹੇ ਹੋਏ ਹਾਂ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਲੋਕਾਂ ਦੇ ਮਸਲਿਆਂ ਦੀ ਗੱਲ ਕਰੀਏ, ਅਸੀਂ ਚਾਹੁੰਦੇ ਹਾਂ ਕਿ ਲੋਕਾਂ ਦੇ ਮੁੱਦਿਆਂ ਦੀ ਗੱਲ ਕਰੀਏ, ਅਸੀਂ ਚਾਹੁੰਦੇ ਹਾਂ ਕਿ ਸਰਕਾਰ ਸੀਰੀਅਸ ਆਰਡਰ 'ਤੇ ਸਾਡੇ ਪੰਜਾਬ ਦੇ ਮਸਲਿਆਂ ਵੱਲ ਧਿਆਨ ਦੇਵੇ। ਇਸ ਮੌਕੇ ਆਪ ਵਿਧਾਇਕ ਜੈਕਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਜੋ ਮਾਫੀਆ ਪਿਛਲੀਆਂ ਸਰਕਾਰਾਂ ਵਿੱਚ ਚੱਲਦਾ ਰਿਹਾ ਹੈ, ਕੈਪਟਨ ਸਰਕਾਰ ਉਸ ਨੂੰ ਅੱਗੇ ਵਧਾ ਰਹੀ ਹੈ। ਪੰਜਾਬ ਦੇ ਵਿੱਚ ਅੱਜ ਬਹੁਤ ਵੱਡੇ ਲੈਵਲ ਤੇ ਜਿਹੜਾ ਇੱਕ ਮੇਨ ਮਸਲਾ ਹੈ, ਜੇਕਰ ਕਿਸੇ ਘਰ ਦੇ ਵਿੱਚ ਇੱਕੋ ਜੀ ਕੋਈ ਕਮਾਉਣ ਵਾਲਾ ਹੈ, ਉਹਦਾ ਸੜਕ ਹਾਦਸੇ ਦੇ ਵਿੱਚ ਜਿਹੜੇ ਅਵਾਰਾ ਪਸ਼ੂ ਨੇ, ਜਿਹੜੇ ਬੇਸਹਾਰਾ ਪਸ਼ੂ ਨੇ, ਉਹਨਾਂ ਦੇ ਕਾਰਨ ਰੋਜ਼ ਐਕਸੀਡੈਂਟ ਹੋ ਕੇ ਜਿਹੜੀਆਂ ਸੈਂਕੜੇ ਜਾਨਾਂ ਜਾ ਰਹੀਆਂ ਨੇ। ਔਰ ਅੱਜ ਅਸੀਂ ਪੰਜਾਬ ਦੀ ਵਿਧਾਨ ਸਭਾ ਵਿੱਚ ਕੈਪਟਨ ਸਾਹਿਬ ਨੂੰ ਕਹਿ ਰਹੇ ਹਾਂ ਕਿ ਪੰਜਾਬ ਦੀਆਂ ਸੜਕਾਂ ਲਗਭਗ 80% ਤੋਂ ਵੱਧ ਟੋਲ ਪਲਾਜ਼ੇ ਵਾਲੀਆਂ ਨੇ, ਔਰ ਉਹਨਾਂ ਟੋਲ ਪਲਾਜ਼ਿਆਂ ਸੜਕਾਂ ਦੇ ਉੱਪਰ ਚੱਲਣ ਦੀ, ਜਾਨ ਮਾਲ ਦੀ ਰਾਖੀ ਕਰਨ ਦਾ ਫਰਜ਼ ਉਹਨਾਂ ਸਰਕਾਰੀ ਪ੍ਰਾਈਵੇਟ ਕੰਪਨੀਆਂ ਦਾ ਹੈ। ਕੈਪਟਨ ਸਾਹਿਬ ਦੀ ਕੀ ਮਜਬੂਰੀ ਹੈ ਕਿ ਉਹਨਾਂ ਕੰਪਨੀਆਂ ਨੂੰ ਆਦੇਸ਼ ਨਹੀਂ ਦਿੱਤੇ ਜਾ ਰਹੇ ਕਿ ਸੜਕਾਂ ਦੇ ਕਿਨਾਰਿਆਂ ਦੇ ਉੱਪਰ ਜਿਹੜੀ ਹੈ ਵੱਡੇ ਲੈਵਲ ਦੇ ਗਰੇਲੇ ਜਾਂ ਫੈਂਸਿੰਗ ਕੀਤੀ ਜਾਵੇ ਤਾਂ ਜੋ ਜਿਹੜੇ ਅਵਾਰਾ ਪਸ਼ੂ ਨੇ ਉਹ ਸੜਕਾਂ 'ਤੇ ਨਾ ਆ ਸਕਣ, ਔਰ ਜੇਕਰ ਕੋਈ ਸੜਕ ਦੇ ਉੱਪਰ ਕਿਸੇ ਕਾਰਨਵਸ਼ ਕੋਈ ਬੇਸਹਾਰਾ ਪਸ਼ੂ, ਕੋਈ ਗਾਂ, ਕੋਈ ਮੱਝ, ਕੋਈ ਕੁੱਤਾ ਜਾਂ ਹੋਰ ਕੋਈ ਵੀ ਜਾਨਵਰ ਆਉਂਦਾ ਤਾਂ ਉਹਨਾਂ ਦੀ ਪੈਟਰੋਲਿੰਗ ਲਈ ਉਹਨਾਂ ਦੀਆਂ ਗੱਡੀਆਂ ਹੋਣ ਤਾਂ ਜੋ ਉਹ ਜਿਹੜੇ ਅਵਾਰਾ ਪਸ਼ੂ ਉਹਨਾਂ ਨੂੰ ਉੱਥੋਂ ਫੜ ਕੇ ਉਹ ਆਪਣੇ ਜਿਹੜੇ ਗਊਸ਼ਾਲਾ ਵਿੱਚ ਲਿਆ ਸਕਣ। ਦੇਖੋ ਕੋਰੋਨਾ ਵਾਇਰਸ ਤਾਂ ਚੀਨ 'ਚ ਆਇਆ, ਪਰ ਕਰੋ ਨਾ ਕੋਈ ਵੀ ਕੰਮ ਕਰੋ ਨਾ, ਇਹ ਵਾਇਰਸ ਜਿਹੜਾ ਆ ਪਿਛਲੇ 13 ਸਾਲਾਂ ਦੇ ਵਿੱਚ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਜਿੰਨੀਆਂ ਵੀ ਸਰਕਾਰਾਂ ਬਣੀਆਂ ਨੇ ਉਹਨਾਂ ਵੱਲੋਂ ਰਹੀਆਂ ਨੇ। ਪਿਛਲੇ 10 ਸਾਲਾਂ ਦੇ ਵਿੱਚ ਪੰਜਾਬ ਨੂੰ ਚਿੱਟੇ ਦੇ ਨਾਮ 'ਤੇ, ਰੇਤ ਮਾਫੀਆ ਦੇ ਨਾਮ 'ਤੇ, ਹੋਰ ਜਿੰਨੇ ਵੀ ਮਾਫੀਆ ਸੀ, ਟਰਾਂਸਪੋਰਟ ਮਾਫੀਆ, ਐਜੂਕੇਸ਼ਨ ਮਾਫੀਆ, ਉਹਦੇ ਨਾਲ 'ਤੇ ਰੱਜ ਕੇ ਲੁੱਟਿਆ ਗਿਆ। ਉਹੀ ਜਿਹੜਾ ਮਾਫੀਆ ਆਇਆ ਹੁਣ ਅਗਲੇ 3 ਸਾਲਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕੈਪਟਨ ਸਰਕਾਰ ਲਗਾਤਾਰ ਅੱਗੇ ਵਧਾ ਰਹੀ ਹੈ।